ਅਸਲਾਮ ਅਲੈਕੁਮ ਰਹਿਮਤੁਲਾਹਿ ਵਬਰਕਾਤੁਹ ਜੀ ਦੋਸਤੋ, ਕੀ ਹਾਲ ਚਾਲ? ਉਮੀਦ ਕਰਦੇ ਸਭ ਠੀਕ ਠਾਕ ਹੋਣਗੇ। ਅੱਲਾਹ ਤਾਲਾ ਸਭ ਨੂੰ ਆਪਣੇ ਹਿਫਜ਼ ਮਾਨ ਚ ਰੱਖੇ। ਅਤੇ ਅੱਜ ਮਾਸ਼ਾਅੱਲਾ ਸੰਡੇ ਦਾ ਦਿਨ ਹੈ, ਕੁਛ ਦੋਸਤ ਕਬੂਤਰ ਲੈ ਕੇ ਆਏ ਨੇ ਅਤੇ ਕਬੂਤਰ ਅੱਜ ਬੜੇ ਅੱਛੇ, ਕੋਈ ਪਸੰਦ ਆਇਆ ਸੀ। ਮੈਂ ਕਿਹਾ ਉਹਨਾਂ ਦਾ ਦੋਸਤਾਂ ਨੂੰ ਸ਼ੋਅ ਕਰਾਈਏ ਅਤੇ ਉਮੀਦ ਹੈ ਕਿ ਤੁਹਾਨੂੰ ਵੀ ਪਸੰਦ ਆਉਣਗੇ। ਅਤੇ ਕੋਸ਼ਿਸ਼ ਇਹ ਹੁੰਦੀ ਕਿ ਅੱਛੇ ਤੋਂ ਅੱਛਾ ਪਰਿੰਦਾ ਤੁਹਾਨੂੰ ਦਿਖਾਈਏ, ਤੁਹਾਨੂੰ ਕਬੂਤਰ ਦੇ ਦੋਸਤਾਂ ਦਾ ਤਾਰਾ ਕਰਾਉਂਦੇ ਹਾਂ। ਅਸਲਾਮ ਅਲੈਕੁਮ। ਵਾਲੇਕੁਮ। ਮੇਰੇ ਸ਼ਗਿਰਦ ਨੇ ਜੀ ਨਾਜ਼ਮ ਸਾਹਿਬ, ਲੁਧਿਆਣੇ ਤੋਂ ਤਸ਼ਰੀਫ ਲੈ ਕੇ ਆਏ ਨੇ, ਇਹਨਾਂ ਦੇ ਦੋਸਤ ਨੇ। ਅਸਲਾਮ ਅਲੈਕੁਮ। ਵਾਲੇਕੁਮ ਸਲਾਮ ਸਾਜਦ ਸਾਹਿਬ ਜੀ। ਅਸਲਾਮ ਅਲੈਕੁਮ। ਵਾਲੇਕੁਮ ਸਲਾਮ। ਇਹ ਭਾਈ ਹੋਰੀ ਕਬੂਤਰ ਲੈ ਕੇ ਆਏ ਨੇ ਚੈੱਕ ਕਰਾਉਣ ਵਾਸਤੇ, ਇਹ ਸ਼ਰੋਜ ਸਾਹਿਬ ਨੇ ਜੀ। ਅਤੇ ਇਹ ਪੜੋ ਤੁਸੀਂ ਦਾ ਕਬੂਤਰਾਂ ਦਾ ਸ਼ੋਅ ਕਰਾਈਏ। ਮਾਸ਼ਾਅੱਲਾ, ਫਿਰੋਜ਼ਪੁਰੀ ਮਾਦੀ ਬੜੀ ਪਸੰਦ ਆਈ, ਬੜੀ ਪਾਸ ਕੀਤੀ ਸੀ ਮਾਦੀ, ਦੋਸਤਾਂ ਨੂੰ ਇਹਦਾ ਸ਼ੋਅ ਕਰਾਈਏ। ਬੜੀ ਅੱਛੀ ਔਰ ਰੇਸ਼ਮ ਮੁਲਾਇਮ ਹੈ, ਬੜੀ ਸੋਫਟ ਕਬੂਤਰੀ ਹੈ। ਓਰਿਜਨਲ ਫਿਰੋਜ਼ਪੁਰੀ ਕਬੂਤਰੀ ਹੈ, ਬਣਾਉਣ ਵਾਲੀ। ਔਰ ਮੈਂ ਬੜੀ ਪਸੰਦ ਕੀਤੀ, ਫਿਰ ਇਹਨਾਂ ਨੇ ਤਸਦੀਕ ਕੀਤੀ ਕਿ ਖੁਦ ਵੀ ਬੜੀ ਅੱਛੀ ਉੱਡ ਰਹੀ ਹੈ। ਕਿਉਂ ਜੀ? ਇਸ ਤਰ੍ਹਾਂ ਹੀ ਇਹਦੇ ਨਾਲ ਹਾਲਾਂਕਿ ਨਰ ਨਹੀਂ ਅੱਛਾ ਲੱਗਾ, ਮੈਂ ਕਿਹਾ ਨਰ ਚੇਂਜ ਕਰ ਲਓ, ਫਿਰ ਨਰ ਲੱਗਿਆ ਖੂਬਸੂਰਤ ਬੜਾ, ਲੇਕਿਨ ਅੱਛਾ ਨਹੀਂ ਹੈਗਾ। ਇਹ ਮਾਦੀ ਬਹੁਤ ਸ਼ਾਨਦਾਰ ਹੈ, ਬੜੀ ਰੇਸ਼ਮ ਮੁਲਾਇਮ ਔਰ ਬੜੀ ਹਾਈ ਕੁਆਲਿਟੀ ਕਬੂਤਰੀ ਹੈ। ਫਿਰੋਜ਼ਪੁਰੀ ਕਬੂਤਰਾਂ ਦਾ ਮੈਂ ਵੈਸੇ ਆਪ ਬੜਾ ਸ਼ੌਕੀਨ ਹਾਂ, ਫਿਰੋਜ਼ਪੁਰੀ ਅੱਛੇ ਨਜ਼ਰ ਘੱਟ ਆਉਂਦੇ ਨੇ। ਬੜੀ ਅੱਛੀ ਬਣਾਉਣ ਵਾਲੀ ਮਾਦੀ ਹੈ, ਇਹ ਤੋਂ ਜਿੰਨੇ ਮਰਜ਼ੀ ਬਣਾ ਲਓ, ਉਡਾ ਲਓ, ਇਨਸ਼ਾਅੱਲਾ ਅੱਛਾ ਸ਼ੋਅ ਕਰਾਈ ਹੈ। ਬਹੁਤ ਸੁਪਰ ਮਾਦੀ ਹੈ। ਇੱਕ ਸਿਆਲਕੋਟੀ ਮਾਦੀ ਹੈ ਜੀ, ਇਹ ਵੀ ਅੱਛੀ ਮਾਦੀ ਹੈ, ਦੇਖੋ ਇਹਦੇ ਪਰ